मैनू तो यार ऑब्वियसली गल है ठीक है थोड़ा नर्वस फील हों पे है बट क्या करिए करना पैना कि नहीं सवाल है तो गाइस मेरे को थोड़े शब्द घट चुके हैं है ना बयान करने लिए बट थानू अगे दिखावगा जिनी की जर्नी हुई थोड़ा भावुक हो समझ सकते हो तुम ठीक है चल अगे दिखाऊंगा घट बोल रहा हाले मैं सही गल है
ਨਾਸ਼ ਹੋਇਆ ਪਾਣੀ ਫੇ ਪਾਣੀ ਪਾਣੀ ਕਿੱਥੇ ਲਉਂਗਾ ਲੈ ਆਉਂਗੇ ਕੋਈ ਨਹੀਂ ਗਾਇਸ ਆਪਾਂ ਅਮਰੀਕ ਢਾਬੇ ਤੋਂ ਕਰ ਲਿਆ ਡਿਨਰ ਵੈਲ ਡਿਨਰ ਵੀ ਕੀ ਕੀਤਾ ਯਾਰ ਹਲਕਾ ਫੁਲਕਾ ਹੀ ਖਾਇਆ ਮੈਂ ਤਾਂ ਘਰ ਤੋਂ ਲੈ ਕੇ ਆਇਆ ਸੀ ਰੋਟੀ ਬਾਕੀ ਅੱਗੇ ਜਾਂਦੇ ਹਾਂ ਹੁਣ ਥੋੜ੍ਹਾ ਹੀ ਟਾਈਮ ਰਹਿ ਗਿਆ ਫਿਰ ਚੈੱਕ ਇਨ ਵੀ ਕਰਨਾ ਠੀਕ ਹੈ ਟਾਈਮ ਤੇ ਪਹੁੰਚੀਏ ਆਪਾਂ ਜਾ ਕੇ ਦੇਖਦੇ ਹਾਂ ਫਿਰ ਕੀ ਬਣਦਾ ਏ ਫਿਊ ਮੋਮੈਂਟਸ ਲੇਟਰ ਸੋ ਗਾਇਸ ਦਿੱਲੀ ਐਂਟਰ ਕਰ ਚੁੱਕੇ ਹਾਂ ਬਟ ਰਾਤ ਨੂੰ ਵੀ ਬਹੁਤ ਜ਼ਿਆਦਾ ਰਸ਼ ਹੈ ਇੱਥੇ कुछ इतने स्पीड लिमिट करके ज़्यादा गड्डी तेज भी नहीं चला सकते उतो लाइट्स बहुत ज़्यादा ने अपन लग जूंगा हाल घंटा तक मे बी शायद तो मेरी वॉच दिख रही है नहीं दिख रही बट हाले टाइम लग जूंगा देखते हैं की बनता बाकी रश बहुत ज़्यादा यार एयरपोर्ट से फाइनली जाते पे हाँ लगेज पिछे आ रहा मेरे ठीक है भाई कहता भी अज मैं चकूंगा लगेज तो देखो तुम बाकी यार गर्मी बाली है दिल्ली है ना अगे जाके दिखाना तुम हाँ गगन कि लग रहा लगता बहुत घट रहा मैं लगता नहीं मिस करूंगा है गर्मी यार बाली हुई भी है इतने ठीक है क्योंकि यार आप पंजाब तो पंजाब एड्डी फिर भी गर्मी नहीं है दिल्ली कुछ ज़्यादा ही है आप अंदर जाके मैं अंदर तो ओबियसली एसी होगा रहने नू ज़्यादा लग रही है ठीक है बाकी यार लगे तुम देख सकते हो ओके ਬਾਈਜ਼ ਆਪਾਂ ਇੱਧਰ ਡਿਊਟੀ ਫਰੀ 'ਤੇ ਘੁੰਮ ਰਿਹਾ ਸੀਗਾ ਮੈਂ ਬਾਕੀ ਯਾਰ ਇੱਧਰ ਭੁੱਖ ਬਾਹਲੀ ਲੱਗੀ ਸੀ ਮੈਂ ਕਿਹਾ ਆਪਾਂ ਵਲੌਗ ਕਰਨਾ ਮੈਂ ਐਕਚੁਅਲੀ ਭੁੱਲ ਗਿਆ ਸੀਗਾ ਬਿਲਕੁਲ ਹੀ ਬਾਹਲੀ ਭੁੱਖ ਲੱਗਦੀ ਪਈ ਸੀ ਹੁਣ ਮੈਨੂੰ ਚੇਤੇ ਆਇਆ ਕਿ ਯਾਰ ਮੈਂ ਵੀਡੀਓ ਬਣਾ ਰਿਹਾ ਸੀਗਾ ਬਾਕੀ ਯਾਰ ਇਮੋਸ਼ਨਲ ਜਰਨੀ ਤਾਂ ਹੈਗੀ ਹੋਇਆ ਨਾ ਇੱਕ ਘਰ ਮੈਂ ਛੱਡ ਕੇ ਚੱਲਿਆ ਇੱਥੇ ਤੋਂ ਐਂਡ ਦੂਜੇ ਘਰ ਚੱਲਿਆ ਉਹ ਵੀ ਚਲੋ ਆਪਣਾ ਹੀ ਘਰ ਹੈ ਹੁਣ ਨਵਾਂ ਫੇਜ਼ ਦੇਖਦੇ ਹਾਂ ਲਾਈਫ ਦਾ ਕਿਵੇਂ ਹੁੰਦਾ ਹੋਪਫੁਲੀ ਵਧੀਆ ਹੀ ਹੋਊਗਾ ਇਮੋਸ਼ਨਲ ਜਰਨੀ ਹੈ ਐਂਡ ਕਹਿ ਦੀ ਯਾਰ ਮੈਂ ਫਸਟ ਟਾਈਮ ਟਰੈਵਲ ਕਰ ਰਿਹਾ ਇੰਟਰਨੈਸ਼ਨਲੀ ਠੀਕ ਹੈ ਐਂਡ ਅੰਦਰ ਯਾਰ ਮਤਲਬ ਨਜ਼ਾਰਾ ਨੈਕਸਟ ਲੈਵਲ ਹੀ ਹੁੰਦਾ ਬਾਕੀ ਟੋਰੋਂਟੋ ਜਾ ਕੇ ਦੇਖਦੇ ਹਾਂ ਠੀਕ ਹੈ ਸੁਣਿਆ ਵੀ ਉਹ ਇਹਤੇ ਵੀ ਨੈਕਸਟ ਲੈਵਲ ਹੈ ਬਾਕੀ ਜਿਵੇਂ ਵੀ ਹੋਇਆ ਨਾ ਤੁਹਾਨੂੰ ਅੱਗੇ ਮੈਂ ਸ਼ੇਅਰ ਕਰਾਂਗਾ ਬਾਕੀ ਤੁਹਾਨੂੰ ਡੇ ਬਾਈ ਡੇ ਡਿਟੇਲਾਂ ਪਤਾ ਚੱਲਦੀ ਰਹਿਣਗੀਆਂ ਠੀਕ ਹੈ ਕਿਉਂਕਿ ਥੋੜ੍ਹਾ ਇਮੋਸ਼ਨਲ ਹੋਇਆ ਹੋਇਆ ਸਮਝ ਸਕਦੇ ਹੋ ਤੁਸੀਂ ਜ਼ਿਆਦਾ ਗੱਲ ਨਹੀਂ ਹੋ ਰਹੀ ਯਾਰ ਆਪਾਂ ਹੁਣ ਅੱਗੇ ਜਾ ਕੇ ਦੇਖਦੇ ਹਾਂ ਕੀ ਬਣਦਾ ਓਕੇ One hour later. Guys, ਜਹਾਜ ਉੜਨ ਲੱਗਿਆ ਬਸ ਤਿਆਰੀਆਂ ਨੇ ਲਾਈਟਸ ਆਫ ਹੋ ਗਈਆਂ ਨੇ ਬਸ ਥੋੜ੍ਹੀ ਦੇਰ 'ਚ ਉੜਨ ਲੱਗਿਆ Meanwhile, back in the lowlands. So guys, ਬਚ ਰਹੇ ਹਾਂ ਪੂਰੇ 8:30 ਹੋਣ ਵਾਲੇ ਆ ਇੰਡੀਆ ਦੇ ਬ੍ਰੇਕਫਾਸਟ ਦਿੱਤਾ ਇਹਨਾਂ ਨੇ ਵੈਜ ਬਾਕੀ ਟੇਸਟ ਕਰਦੇ ਹਾਂ ਸਹੀ ਹੋਊਗਾ ਮੇਬੀ ਬਸ ਬ੍ਰੇਕਫਾਸਟ ਹੋਣਾ ਡਨ ਹੋ ਚੁੱਕਿਆ ਐਂਡ ਬਾਹਰ ਦਾ ਨਜ਼ਾਰਾ ਬਹੁਤ ਸਿਰੇ ਆ ਰਿਹਾ
ਆਪਾਂ ਪਹੁੰਚੀਏ ਸੀ ਟੋਰੋਂਟੋ ਹੈ ਨਾ, ਅਤੇ ਉੱਥੇ ਯਾਰ ਭੁੱਖ ਲੱਗਦੀ ਪਈ ਸੀਗੀ, ਬਸ ਖਾਂਦਾ ਪਿਆ ਸੀਗਾ ਅਤੇ ਹੁਣ ਖਾ ਕੇ ਨਿਕਲ ਰਹੇ ਹਾਂ ਬਸ ਅੱਗੇ, ਤੁਹਾਨੂੰ ਅੱਗੇ ਦਿਖਾਉਣਾ ਹੈ। ਬਾਕੀ ਯਾਰ ਮੌਸਮ ਬਹੁਤ ਚੇਂਜ ਹੈ ਇੱਥੇ ਨਾ, ਠੰਡ ਜੀ ਕਾਫੀ ਜ਼ਿਆਦਾ ਹੈ ਐਜ਼ ਕੰਪੇਅਰ ਟੂ ਇੰਡੀਆ। ਇੰਡੀਆ ਤਾਂ ਬਾਹਲੀ ਗਰਮੀ ਹੋਈ ਵੀ ਹੈ ਨਾ, ਬਟ ਇੱਥੇ ਨਹੀਂ ਹੈਗਾ ਯਾਰ, ਇੱਥੇ ਠੰਡ ਹੈ। Later. So guys, ਤੁਹਾਨੂੰ ਮੈਂ ਜਿਵੇਂ ਪਹਿਲਾਂ ਸੁਬਾਹ ਵੀ ਦਿਖਾਇਆ ਸੀ ਹੈ ਨਾ, ਇੱਥੇ ਮੀਂਹ ਪੈਂਦਾ ਪਿਆ ਸੀ, ਬਟ ਹੁਣ ਵੈਦਰ ਚੇਂਜ ਹੋ ਚੁੱਕਿਆ ਤੁਸੀਂ ਦੇਖ ਸਕਦੇ ਹੋ ਨਾ। ਬਾਕੀ ਯਾਰ ਇੱਥੇ ਦਾ ਮਤਲਬ ਕਹਿ ਦਈਏ ਕੁਛ ਵੀ ਚੇਂਜ ਹੋ ਜਾਂਦਾ ਮਿੰਟਾਂ 'ਚ ਵੈਦਰ ਸਪੈਸ਼ਲੀ, ਠੀਕ ਹੈ। ਹੁਣ ਦੇਖ ਲਓ ਗਰਮੀ ਹੈ, ਠੰਡ ਠੰਡੀ ਹਵਾ ਚੱਲ ਰਹੀ ਹੈ, ਪਰ ਉਸ ਟਾਈਪ ਦੀ ਠੰਡ ਨਹੀਂ ਹੈਗੀ। ਬਾਕੀ ਇੱਥੇ ਯਾਰ ਕਹਿ ਦਈਏ ਨਾ ਡਸਟ ਵਗੈਰਾ ਤਾਂ ਬਾਹਲੀ ਘੱਟ ਹੈ, ਡਸਟ ਪੋਲਿਊਸ਼ਨ ਵੀ ਕਹਿ ਦਿਉ, ਉਹ ਵੀ ਬਾਹਲੀ ਚੀਜ਼ਾਂ ਕੰਟਰੋਲ ਕੀਤੀਆਂ ਹੋਈਆਂ ਨੇ ਇਹਨਾਂ ਨੇ। ਬਾਕੀ ਯਾਰ ਗਾਈਜ਼, ਹੁਣ ਮੈਂ ਜਿਹੜੇ ਮੇਰੇ ਵਲੋਗਸ ਹੋਣਗੇ ਉਹਨਾਂ ਵਿੱਚ ਮੈਂ ਤੁਹਾਨੂੰ ਵਹੀਕਲਸ ਤੋਂ ਇਲਾਵਾ ਹੈ ਨਾ ਕੁਛ ਐਵੇਂ ਦੀ ਚੀਜ਼ਾਂ ਦਿਖਾਵਾਂਗਾ ਜਿਹੜੀ ਥੋੜ੍ਹੀ ਨੌਲੇਜ ਵਾਲੀਆਂ ਵੀ ਹੋਣ, ਅਤੇ ਆਪਾਂ ਕੁਛ ਨਵੀਂ ਥਾਵਾਂ ਵੀ ਐਕਸਪਲੋਰ ਕਰਾਂਗੇ, ਠੀਕ ਹੈ। ਬਾਕੀ ਤੁਸੀਂ ਸਪੋਰਟ ਜ਼ਰੂਰ ਕਰਿਓ, ਲਾਈਕ ਕਮੈਂਟ ਜ਼ਰੂਰ ਕਰ ਦਿਆ ਕਰੋ, ਠੀਕ ਹੈ। ਅਤੇ ਹੁਣ ਤੱਕ ਦਾ ਮੈਨੂੰ ਮੇਰਾ ਵਲੋਗ ਤੁਹਾਨੂੰ ਮੇਰਾ ਸਹੀ ਲੱਗਿਆ ਤਾਂ ਵਲੋਗ ਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ, ਅਤੇ ਸਬਸਕ੍ਰਾਈਬ ਕਰਿਓ ਮੇਰੇ ਚੈਨਲ ਨੂੰ, ਅਤੇ ਆਪਾਂ ਇੰਸਟਾ 'ਤੇ ਮਿਲਦੇ ਹਾਂ ਹੁਣ, ਓਕੇ। ਅਤੇ ਮੇਰੇ ਇੰਸਟਾ 'ਤੇ ਮੈਨੂੰ ਫੋਲੋ ਵੀ ਕਰਿਓ, ਮੈਂ ਇੰਸਟਾਗ੍ਰਾਮ ਨੇਮ ਇਸ ਕਿਰਨਦੀਪ ਰਾਏ ਵਲੋਗਸ, ਓਕੇ, ਪੀਸ ਆਊਟ। ਸੋ ਗਾਇਜ਼, ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਮੇਰਾ ਵੀਜ਼ਾ ਆ ਚੁੱਕਿਆ ਹੈ ਨਾ, ਅਤੇ ਮੈਂ ਤਿਆਰੀਆਂ ਕਰਦਾ ਪਿਆ ਪੂਰੀਆਂ ਆਪਣੀਆਂ, ਅਤੇ ਆ ਸਰ ਨੇ ਮੇਰੇ ਨਾਲ, ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਅਤੇ ਗਾਇਜ਼, ਸਰ ਦਾ ਮੈਂ ਬਹੁਤ ਥੈਂਕ ਯੂ ਕਹਿਣਾ ਚਾਹੁੰਦਾ ਹੈ ਨਾ, ਵੀ ਸਰ ਦੀ ਬਦੌਲਤ ਮੇਰਾ ਵੀਜ਼ਾ ਆਇਆ ਹੈ। ਬਾਕੀ ਮੈਂ ਤੁਹਾਨੂੰ ਡਿਟੇਲ ਦੱਸਾਂਗਾ ਨਾ ਵੀ ਮੇਰੇ ਨਾਲ ਕੀ ਕੁਝ ਹੋਇਆ, ਕਿਉਂ ਮੈਂ ਇੰਨੇ ਟਾਈਮ ਤੋਂ ਇੰਡੀਆ ਸਟੱਕ ਸੀਗਾ ਹੈ ਨਾ। ਅਤੇ ਸਰ ਆਪਣੀ ਇੰਟਰੋਡਕਸ਼ਨ ਦਿਓ। ਹੈਲੋ ਐਵਰੀਵਨ, ਮਾਈ ਨੇਮ ਇਜ਼ ਜਗਦੀਪ ਵਾਲੀਆ, ਮੈਂ ਡਾਇਰੈਕਟਰ ਗਲੋਬੀਜ਼ ਓਵਰਸੀਜ਼ ਕੰਸਲਟੈਂਟ ਪ੍ਰਾਈਵੇਟ ਲਿਮਿਟਡ ਚੰਡੀਗੜ੍ਹ। ਸੋ ਕਿਰਨਦੀਪ ਨੂੰ ਬਹੁਤ ਬਹੁਤ ਮੁਬਾਰਕਾਂ, ਅੱਜ ਫਾਈਨਲੀ ਇਹਨਾਂ ਦਾ ਵੀਜ਼ਾ ਜਿਹੜਾ ਹੈਗਾ ਸਟੈਂਪ ਹੋ ਕੇ ਆ ਗਿਆ ਹੈਗਾ। ਅਨਫੋਰਚੁਨੇਟਲੀ ਇਹਨਾਂ ਨੇ ਕਿਸੇ ਅਣਜਾਣ ਹੱਥਾਂ ਤੋਂ ਫਾਈਲ ਲਗਾ ਲਈ ਸੀ, ਅਤੇ ਉਹਦਾ ਨੁਕਸਾਨ ਇਹਨਾਂ ਨੂੰ 2 ਈਅਰ ਵੇਟ ਕਰਨ ਦੇ ਵਿੱਚ ਪੈ ਗਿਆ। ਪਰ ਚਲੋ, ਜੋ ਹੁੰਦਾ ਚੰਗੇ ਲਈ ਹੁੰਦਾ। ਸੋ ਇਹਨਾਂ ਦਾ ਦਾਣਾ ਪਾਣੀ ਕੈਨੇਡਾ ਦਾ 2 ਸਾਲ ਬਾਅਦ ਸੀਗਾ। ਸੋ ਤੁਹਾਨੂੰ ਆਲ ਦਾ ਵੈਰੀ ਬੈਸਟ, ਥੈਂਕ ਯੂ। ਸਾਡੀ ਟੀਮ ਵੱਲੋਂ ਇਹਨਾਂ ਨੂੰ ਆਲ ਦਾ ਬੈਸਟ, ਅਤੇ ਅਸੀਂ ਚਾਹਵਾਂਗੇ ਕਿ ਤਰੱਕੀਆਂ ਕਰੋ ਕੈਨੇਡਾ ਦੇ ਵਿੱਚ ਆਪਣੀ ਵਾਈਫ ਦੇ ਨਾਲ, ਤੁਹਾਡਾ ਫਰਦਰ ਜਿਹੜਾ ਲਾਈਫ ਹੈ ਉਹ ਬਹੁਤ ਅੱਛੀ ਜਾਵੇ। ਸੋ ਆਲ ਦਾ ਵੈਰੀ ਬੈਸਟ। ਸੋ ਗਾਇਜ਼, ਮੈਨੂੰ ਸਰ ਕਰਕੇ ਹੀ ਵੀਜ਼ਾ ਮਿਲਿਆ ਹੈ, ਬਾਕੀ ਮੈਂ ਡਿਟੇਲ ਜ਼ਰੂਰ ਸ਼ੇਅਰ ਕਰਾਂਗਾ ਵੀਡੀਓ ਡਿਸਕ੍ਰਿਪਸ਼ਨ 'ਚ ਹੈ ਨਾ, ਆਫਿਸ ਦੀ ਵੀ ਕਰਾਂਗਾ, ਬਾਕੀ ਸਰ ਦਾ ਨੰਬਰ ਵੀ ਡਿਸਕ੍ਰਿਪਸ਼ਨ 'ਚ ਪਾ ਦਾਂਗਾ, ਠੀਕ ਹੈ। ਤੁਸੀਂ ਇੱਕ ਵਾਰ ਜ਼ਰੂਰ ਵਿਜ਼ਿਟ ਕਰਕੇ ਜਾਇਓ ਹਰ ਟਾਈਪ ਦੇ ਵੀਜ਼ਾ ਲਈ, ਬਟ ਸਪੈਸ਼ਲੀ ਕਹਿ ਦਈਏ ਸਪਾਊਸ ਓਪਨ ਵਰਕ ਪਰਮਿਟ ਲਈ ਹੈ ਨਾ, ਸਰ ਪ੍ਰੋ ਨੇ, ਤੁਸੀਂ ਇੱਕ ਵਾਰ ਜ਼ਰੂਰ ਵਿਜ਼ਿਟ ਕਰਿਓ, ਠੀਕ ਹੈ। ਬਾਕੀ ਆਪਾਂ ਨੈਕਸਟ ਜੋ ਜੋ ਮੈਂ ਕਰਾਂਗਾ ਤੁਹਾਨੂੰ ਦਿਖਾਵਾਂਗਾ, ਓਕੇ।